ਚੱਲਦੀ ਮਸ਼ੀਨ ਹਾਂਜੀ, ਪਹਿਲਾਂ ਆਪਾਂ ਆਹ ਬੰਦੇ ਨੂੰ ਲਾਇਆ ਸੀਗਾ ਡਰੰਮੀ ਨਾਲ, ਇਹ ਕਹਿੰਦੇ ਨੇ ਇੱਕ ਡਰੰਮੀ ਹੋਣੀ ਛਿੜਕੀ ਫਾਰ ਕੇ ਫਿਰ ਡਰੰਮ ਵਿੱਚ ਪਾ ਕੇ ਅਤੇ ਜਗਰਾਜ ਸਿੰਘ ਆਇਆ। ਹਾਂਜੀ, ਹਾਂਜੀ ਹੁਣ ਵੀ ਤੈਨੂੰ ਮੈਂ ਆਖਿਆ ਵੀ ਮੋਟਰ ਨਾਲ ਪਾਣੀ ਛਿੜਕ ਦਿਓ, ਕਹਿੰਦਾ ਕਿੱਥੇ ਟੱਕਰਾਂ ਮਾਰੀ ਜਾਵਾਂਗੇ, ਮੈਂ ਤਾਂ ਬੂਮ ਲਿਆਉਂਦਾ ਅੱਜ ਆਹ ਲੱਗਿਆ ਪਿਆ। ਠੀਕ ਹੈ, ਅਤੇ ਆ ਗਏ ਅੱਜ ਆਪਣੇ ਲੈਂਟਰਾਂ ਦੇ ਸਾਰੇ, ਅਤੇ ਸਾਡਾ ਜਗਰਾਜ ਸਿੰਘ ਨੂੰ ਮੈਂ ਆਹ ਡਰੰਮੀ ਨਾਲ ਕਰਨਾ, ਕਹਿੰਦਾ ਨਹੀਂ ਚਾਚਾ ਡਰੰਮੀ ਨਾਲ ਨਹੀਂ, ਡਰੰਮ 'ਚ ਹੀ ਪਾ ਲਿਆ ਕੈਮੀਕਲ, ਡਰੰਮ 'ਚ ਪਾ ਕੇ ਅਤੇ ਆਹ ਲੱਗਿਆ ਪਿਆ। ਜਗਰਾਜ ਡਰੰਮੀ ਨਾਲ ਸੌਖਾ ਇਹ ਜੀਰੇ ਪਲਾਂਟ ਤੋਂ ਆਏ ਜੀ, ਆਪਣੇ ਜੀਰੇ ਪਲਾਂਟ ਤੋਂ। ਸਾਰਿਆਂ ਨੂੰ ਉਹ ਡਰਾਈਵਰ ਨੇ ਜਿਹੜੇ ਆਪਣੇ ਗੱਡੀਆਂ ਵਾਲੇ, ਉਹਨਾਂ ਨੂੰ ਸਾਰਿਆਂ ਨੂੰ ਚਾਹ ਪਿਆਈ ਜਾਓ। ਚੱਲ ਪਾਸੇ ਕਾਕਾ ਜੀ, ਹੈਲੋ ਜੀ, ਕੈਮੀਕਲ ਛਿੜਕ ਰਿਹਾ ਇਹ, ਫਿਰ ਤੈਨੂੰ ਪਤਾ ਕਹਿ ਦਿੰਦਾ ਜੇ ਹੱਥ ਮੈਂ ਕਰਨਾ ਫਿਰ ਮੈਂ ਇੱਥੇ ਆਉਣਾ, ਇਸੇ ਕਰਕੇ ਕਹਿੰਦਾ ਡਰੰਮ ਨਾਲ ਹੀ ਪਾਓ। ਯਾਰ ਉਹ ਐਂ ਆ ਉਹਨਾਂ ਦੇ ਕਰਮਾਂ ਦਾ, ਉਹਨਾਂ ਦੇ ਕਰਮਾਂ 'ਚ ਆ ਗਿਆ ਇਹਨਾਂ ਦੇ ਹੈ ਬਈ, ਕਰਮ ਇਹਨਾਂ ਦੇ ਹੈ ਨਾ ਬਈ, ਆਪਣੇ ਆਪਣੇ ਨਾਲ ਸੀ ਇਹਨਾਂ ਦੇ ਨਾ ਕਿਸੇ ਦਾ। ਓਏ ਛੋਰਾ, ਓਏ ਛੋਰਾ, ਤੂੰ ਬਾਹਰ ਜਾਣਾ ਮੈਨੂੰ ਸੁਣਿਆ, ਚੱਲ ਆ ਜਾ ਕੋਈ ਨੀ ਕਰ ਲੈ ਜਿਵੇਂ ਕਰਨਾ। ਰਵੀ ਉਹਨੂੰ ਕਹਿਣਾ ਬਾਲਾ ਨਾ ਇੱਕ ਥਾਂ ਖੜਾ ਦੇ ਨਾ ਆਪਣਾ ਉਹ ਕੈਮੀਕਲ ਜਾਂ ਮੁੱਕ ਜੇ, ਤੇ ਉਸ ਹਿਸਾਬ ਨਾਲ ਇੱਕ ਬੱਸ ਲੱਗ ਪਓ ਫਿਰ ਆਪਾਂ ਦੂਜਾ ਕਰਾਂਗੇ। ਆਹ ਆਪਣੇ ਮੇਨ ਪਿੰਡ 'ਚੋਂ ਸਭ ਨਾਲੋਂ ਮੇਨ ਬੰਦਾ ਆਪਣਾ ਇਹ ਬਲਜੀਤ ਸਿੰਘ ਗਿੱਲ ਸਾਹਿਬ, ਆਪਣਾ ਭਰਾ ਵੱਡਾ, ਅਤੇ ਅਮਨਪ੍ਰੀਤ ਨੂੰ ਮੈਂ ਆਖਿਆ ਵੀ ਆਪਾਂ ਦੂਜਾ ਕਰਨਾ ਪਾਣੀ ਛਿੜਕਣਾ ਮੋਟਰ ਨਾਲ, ਕਹਿੰਦਾ ਨਹੀਂ ਚਾਚਾ ਮੈਂ ਤਾਂ ਇਹਦੇ ਨਾਲ ਛਿੜਕੂੰਗਾ,
ਹੁਣ ਵੇਖੋ ਕੀ ਕਰਦਾ, ਲੈ ਬੂਮ ਲੈ ਭਰ ਕੇ ਕਹਿੰਦਾ ਮੈਂ ਇਹਦੇ ਨਾਲ ਪਾਣੀ ਛਿੜਕਣਾ ਯਾਰ ਡਰੰਮ ਨਾਲ। ਆ ਗਏ ਇੱਥੇ ਕੈਪਸੂਲ 'ਚ, ਗੱਡੀਆਂ ਆ ਗਈਆਂ ਅਤੇ ਸਪਰੇ ਸਹੀ ਹੁੰਦਾ ਆਪਣਾ। ਉਹ ਜਾਂ ਤੇਰਾ ਕੰਮ ਗੱਟੀਆਂ ਲਾਉਣਾ ਥੱਲੇ? ਬਿਜਲੀ ਦਾ ਕੰਮ ਮੈਂ ਗੱਟੀਆਂ ਲਾ ਦੇ, ਮੇਰਾ ਬਿਜਲੀ ਦਾ ਕੰਮ ਆ, ਅੱਜ ਤੋਂ ਬਾਅਦ ਤੇਰੀ ਜ਼ਿ੮ਮੇਵਾਰੀ ਆ ਬਿਜਲੀ ਦੀ, ਠੀਕ ਹੈ ਨਾ? ਹਾਂਜੀ ਆਪਣਾ ਆਪਣਾ ਫਿਰ ਸਿਕਿਉਰਿਟੀ ਵਾਲੇ ਪਾ ਕੇ ਆਉਣੇ ਸੀ ਅੱਜ, ਫਿਰ ਤੂੰ ਨਿਗਾਹ ਫੇਰੀ ਰੱਖੇਗਾ, ਇੱਕ ਆਪਦੀ ਰਫਲ ਲੈ ਕੇ ਆਉਂਦਾ, ਨਾਲੇ ਆਪਦੀ ਵਰਦੀ ਪਾ ਕੇ ਆਉਂਦਾ ਫਿਰ। ਨੀਕਰ ਲੈ ਪੁਲਿਸ ਵਾਲੀ, ਹੋਰ ਤੇਰੇ ਕੋਲ ਕੁਛ ਵੀ ਨੀ ਨੀਕਰ ਪੁਲਿਸ ਵਾਲਾ, ਨਿਊਜ਼ੀਲੈਂਡ ਦੀ ਵਰਦੀ ਮੈਂ ਦਿੱਤੀ ਲਿਆ ਕੇ, ਨੋਇਡਾ ਤੋਂ ਸਪੈਸ਼ਲ ਆਈ ਸੀ, ਉੱਥੇ ਚਾਰ ਦਿਨ ਲਾ ਕੇ ਫਿਰ ਆਏ ਸੀ, ਫਿਰ ਮਿਲੀ ਇਹ। ਚਲੋ ਚਲਾ ਲਓ, ਤੁਸੀਂ ਤਾਂ ਕਹਿੰਦੇ ਪੈਂਤਰਾ ਹੀ ਕੱਢੀ ਜਾਂਦੇ, ਹੋਰ ਤਾਂ ਕੰਮ ਕਰਦੇ ਨਹੀਂ ਕੋਈ। ਹੈਂ ਨਾਲ ਤਾਂ ਲਾੜੂਗਾ, ਆਹ ਬਹੁਤ ਭੈੜੀ ਚੀਜ਼ ਆ ਯਾਰ ਇਹ, ਹੋਰ ਇਹਦੇ ਵਿੱਚ ਪਲੰਜਰ ਲੱਗਿਆ, ਪਲੰਜਰ ਕਰਦਾ ਪਲੰਜਰ ਨਾਲੇ, ਕਹਿੰਦਾ ਰਾਤ ਲੇਬਰ ਹੋਰ ਲਿਆਉਂਦਾ, ਲੇਬਰ ਫਿਰ ਤਕੜੀ ਲੇਬਰ ਰਾਤ ਨੂੰ ਅੱਧੀ ਰਾਤ ਨਾ ਕਰ ਦੇਣਾ ਆਪਣੇ, ਕਿੰਨੇ ਚਿਰ ਚ ਪਾ ਦੋਗੇ? ਅੱਗੇ ਤਾਂ ਲਾਇਆ ਨੀ ਕੁਛ, ਹੋਰ ਮੈਨੂੰ ਬਜਰੀ ਲਾਈ ਨੀ ਉੱਥੇ, ਚੱਲ ਪਿਆ ਚੱਲ ਪਿਆ ਬੰਬਾ, ਉਹ ਕਿਉਂ ਬਈ ਬਜਰੀ ਦੇ ਨਾਲ ਲੱਗ ਕੇ ਨਾ ਸਾਰੇ ਜਣੇ ਨਾਲ ਲੈ ਕੇ ਆਉਂਦੇ ਬਜਰੀ, ਇਕੱਲਾ ਪਾਣੀ ਜਿਹਾ ਆ ਗਿਆ ਯਾਰ। ਵੈਰੀ ਗੁੱਡ, ਨਾਲ ਹੀ ਪਹੁੰਚ ਗਿਆ ਆਪਾਂ ਵੀਡੀਓ। ਉਹ ਕੀ ਕਹਿੰਦਾ ਸੀ ਆਪਣਾ ਸੁੱਖਾ, ਸੁੱਖਾ ਸਰਪੰਚ ਤਾਂ ਕਹਿੰਦਾ ਸੀ ਬੰਬੀ ਚੱਲ, ਬੰਬੀ ਚੱਲੂਗੀ ਬੰਬੀ, ਚੱਲ ਵੈਰੀ ਗੁੱਡ। ਹਵਾ ਨਹੀਂ ਲੈ ਗਈ ਉੱਧਰੋਂ, ਬੰਦ ਕਰਤਾ, ਹਵਾ ਕਿੱਥੇ ਲੈਣ ਵਾਲੀ ਚੀਜ਼ ਹੈ ਇਹ, ਇਹਦਾ ਹਵਾ ਕੱਢ ਪਾ ਦੇਵੇ ਕਿਸੇ ਦੀ। ਸ਼ੁਰੂ ਕਰ ਗਿਆ ਬੋਲਦੀ ਨਹੀਂ, ਵੀਡੀਓ ਚਾਹੋਗੇ ਤੁਸੀਂ ਪਹਿਲਾਂ? ਹਾਂ ਹਾਂ ਜੋੜੋ ਜੋੜੋ, ਤੂੰ ਮੇਰੀ ਬਣਾਈ ਜਾਇਆ ਕਰ, ਫੇਰ ਹੀ ਪਾਵਾਂ ਵਿੱਚ ਜੋੜ ਕੇ, ਕੈਮਰਾਮੈਨ ਹੀ ਵੇਖਣਾ ਚਾਹੀਦਾ। ਮਿਸਤਰੀ ਸਹੀ ਆ, ਹੈਂ ਕਿਵੇਂ
ਪੱਕਾ ਸਹੀ ਹੈ ਕਿ ਗਲਤ ਆ ਮੈਨੂੰ ਐਂ ਦੱਸ ਐਨ ਬੋਲ ਕੇ ਮੇਰੇ ਵੱਲ ਮੂੰਹ ਸਹੀ ਆ ਜਾਵਾ ਓਕੇ ਓਕੇ ਰਿਪੋਰਟ ਬਾ ਠੀਕ ਹੈ ਕਈ ਡਰਾਈ ਜਾਂਦੇ ਸੀ ਕਹਿੰਦੇ ਕਿ ਨਹੀਂ ਸਹੀ ਹੁੰਦਾ ਇਹਨਾਂ ਦਾ ਜਮਾਂ ਸੈੱਟ ਆ ਲੈ ਬੰਬਾ ਲਾਉਣ ਲੱਗਿਆ ਸੁੱਖੇ ਦੇ ਅੰਦਰਾਂ ਹੁਣ ਅੱਗੋਂ ਫੜਨਗੇ ਦੋ ਤਿੰਨ ਜਣੇ ਇਹਨਾਂ ਦੇ ਲਓ ਜੀ ਕਰਤਾ ਸ਼ੁਰੂ ਹਾਂਜੀ ਗੁਰਮੇਲ ਸਿੰਘ ਖੁਸ਼ ਬਗ ਬਗ ਗੁੱਡ ਗੁੱਡ ਹੈ ਸਿਰਾ ਲੱਗ ਗਿਆ ਕਿ ਐਵੇਂ ਖਪੀ ਜਾਣਾ ਸੀ ਆਪਾਂ ਧੱਕੇ ਨਾਲ ਆਇਆ ਪਤੰਦਰੋ ਆਪਣੇ ਜਿਹੜਾ ਕੀ ਨਾਂ ਉਹ ਕਿਹੜਾ ਆਇਆ ਸੀ ਉਹਦੇ ਸੁੱਖਾ ਜੀਰਾ ਜੀਰੇ ਵਾਲਾ ਹੈ ਨਾ ਧੱਕੇ ਨਾਲ ਆ ਕੇ ਸਾਡੇ ਤੋਂ ਸਾਈ ਲੈ ਗਿਆ ਧੱਕੇ ਨਾਲ ਐਵੇਂ ਅਸੀਂ ਆਖੀਏ ਨਾ ਅਸੀਂ ਦੂਜੇ ਕਰੀ ਬੈਠੇ ਸਾਡਾ ਮਿਸਤਰੀ ਤਾਂ ਭਾਲੀ ਬੈਠਾ ਦੂਜੀਆਂ ਰੇਲਾਂ ਵਾਲੀ ਆ ਕੇ ਆਪਾਂ ਉਹ ਤੋਂ ਪਾਉਣੀ ਐਂ ਪਾਉਣੀ ਹੈ ਅਤੇ ਕਰਮਾਂ 'ਚ ਤੁਹਾਡੇ ਸੀਗੇ ਪੈਸੇ ਸੁੱਖਾ ਸੁੱਖੇ ਬਿਨਾਂ ਤਾਂ ਗੱਲ ਹੀ ਨਹੀਂ ਮਾਨੀ ਯਾਰ ਅਸੀਂ ਪੇਮੈਂਟ ਨਹੀਂ ਦੇਣੀ ਸੁੱਖੇ ਬਿਨਾਂ ਉਹ ਤਾਂ ਸਾਨੂੰ ਗੱਲਾਂ ਸੁਣਾ ਕੇ ਲੈ ਜਾਣੀਆਂ ਉਹਨੇ ਮਿਸਤਰੀ ਵਿਹਲਾ ਬੈਠਾ ਮਿਸਤਰੀ ਵਿਹਲਾ ਬੈਠਾ ਚਾਚਾ ਆਪ ਲੱਗਿਆ ਪੱਤਰ ਸਾਹਿਬ ਹੋਰੀ ਇੱਧਰ ਬੈਠੇ ਠੀਕ ਹੈ ਹੁਣ ਚਾਚਾ ਆਪ ਲੱਗਾ ਹਾਂ ਕਿਉਂ ਵਾਕਿਆ ਬਣਾਈ ਤਾਂ ਸੋਹਣਾ ਹੋਣਾ ਹੈ ਤਾਂ ਬਣਾਈ ਤਾਂ ਸੋਹਣਾ ਹੋਣਾ ਵਿਹਲੜ ਵੇ ਕਿੰਨੇ ਤੁਰੇ ਫਿਰਦੇ ਕੰਮ ਵਾਲੇ ਘੱਟ ਆ ਵਿਹਲੜ ਵਾਲੇ ਆ ਵਿੱਚ ਹਾਂਜੀ ਲੇਜਰ ਲੱਗ ਗਿਆ ਲੈ ਭੁੱਖ ਲੱਗੀ ਤੈਨੂੰ ਮੇਰਾ ਜਿਵੇਂ ਕਹਿੰਦੇ ਨੀ ਹੁੰਦੇ ਕਹਿੰਦੇ ਪੈਂਦੀਆਂ ਚ ਕੋਈ ਕੋਈ ਖੜਦਾ ਤੇ ਬਸ ਇਹ ਚਾਰ ਖਿਆਣੇ ਰਹਿ ਗਏ ਬਾਕੀ ਸਾਰੇ ਭੱਜ ਗਏ ਜਗਰਾਜ ਬੈਠਾ ਬਸ ਠੀਕ ਹੈ ਦੇਖੋ ਜੀ ਬਾਕੀ ਤਾਂ ਸਾਰੇ ਭੱਜ ਭੁੱਜ ਗਏ ਇੱਕ ਸਾਡਾ ਜਗਰਾਜ ਸਿੰਘ ਕੁਲਵੰਤ ਸਿੰਘ ਆ ਬੈਠੇ ਮੀਂਹ ਚ ਮੰਜ ਦਾ ਢੋਲ ਆਈ ਠੀਕ ਹੈ ਬਾਕੀ ਸਾਰੇ ਭੱਜ ਗਏ ਨਾਲ ਮੈਂ ਵੀ ਵੈਸੇ ਮੈਂ ਹਾਂ ਠੀਕ ਹੈ ਆ ਗਿਆ ਹਾਂ ਬਾਕੀ ਸਾਰੇ 40-50 ਜਣੇ ਸੀਗੇ ਕੋਈ ਨਹੀਂ ਖੜਾ ਉੱਤੇ ਮੀਂਹ ਆ ਗਿਆ ਬਹੁਤ ਜ਼ਿਆਦਾ ਇੱਕਦਮ ਚੱਲ ਚੱਲ ਚਾਚਾ ਬੰਦੇ ਭਜਾ ਲਿਆ ਪਹਿਲਾਂ ਉਹਨੂੰ ਬੰਦੇ ਪਹਿਲਾਂ ਭਜਾ ਲਿਆ ਹੁਣ ਆਪ ਨੂੰ ਕਰਨਾ ਪੈਣਾ ਗੁੱਸੇ ਜੀ ਮਾਰਿਆ ਕਿਤੇ ਪੌੜੀ ਪੌੜੀ ਹੈਨੀ ਕਿਸੇ ਪਾਸੇ ਚੜਾਈ ਹਜੇ ਲੋਹੇ ਦੀ ਪੌੜੀ ਬੰਨ ਨਹੀਂ ਦਿੱਤੀ ਆ ਬਾਈ ਸਾਹਿਬ ਆਪ ਆਹ ਪੌੜੀ ਚੱਲਦੀ ਫਿਰਦੀ ਪੌੜੀ ਲਾਈ ਹੈ ਪੌੜੀ ਵੇਖ ਲਈ ਇੱਥੇ ਲਾ ਲਾ ਇੱਥੇ ਨਾਲ ਸਿੱਧਾ ਕਣਕਾਂ ਨੂੰ ਵੱਢਣ ਚੱਲਿਆ ਪੌੜੀ ਲਈ ਫਿਰਦਾ ਸੁੱਖਿਆ ਪੌੜੀ ਹੈ ਤੇਰੇ ਵਾਸਤੇ ਤੋਤ ਨੂੰ ਰਹਿਣ ਦੇ ਆ ਵੀ ਓਏ ਤੋਤ ਨੂੰ ਰਹਿਣ ਦੇ ਤੋਤ ਪਾਦੇ ਨੇ ਸਪਾਈਡ ਪਾਦੇ ਕੀ ਹੁੰਦਾ ਹੈ ਤੋਤ ਦਾ ਫੜੀ ਬੈਠਾ ਤੋਤਾ ਤੋਲਾ ਕਿ ਬੋਲੀ ਹੈ ਤੋਤਾ ਤੋਲਾ ਯਾਰ ਮੱਕੀ ਵਾਲੇ ਸਮਝ ਬਾਹਰ ਆ ਕੰਮ ਉਹ ਕਿੱਧਰ ਲਈ ਫਿਰਦਾ ਬੇਲੀ ਮਸ਼ੀਨ
ਚੱਲ ਆਉਂਦੇ। ਉਹ ਕੌਣ ਹੁੰਦਾ? ਵੇਖ ਲੋ ਪਹਿਲ ਪੌੜੀ ਬਣਾਈ ਆਪਣੀ, ਆ ਸਾਰੇ ਬੰਦੇ ਬਸ ਇੱਥੋਂ ਚੜ ਚੁੜਾਏ ਆ। ਇੱਕ ਗੱਲ ਹੈਗੀ ਹੈ, ਜਦੋਂ ਤਾਂ ਚੜ ਜਾਂਦੇ ਪੌੜੀ ਬਸ ਕਰ ਦੀ ਤੀ ਪਾਸੇ ਥੱਲੋਂ, ਫਿਰ ਆਪੇ ਲੱਗ ਰਹਿੰਦੇ ਜੀ। ਲੈ ਲਿਆ ਕੰਮ, ਰੌਣਕ ਮੇਲਾ ਆਖਿਆ ਤਾਂ ਕੀ ਬਾਈ, ਤੂੰ ਵੀ ਤਾਂ ਚੜਿਆ, ਠੰਡਾ ਠੁੰਡਾ ਪੀ ਲਾ ਜਾ। ਹਾਂਜੀ ਚਲੋ ਜੀ, ਆਪਣਾ ਕੰਮ ਹੋਣ ਵਾਲਾ ਫਾਈਨਲ, ਗੱਡੀ ਆਈ ਖੜੀ ਹੈ, ਬਸ ਲਾਸਟ ਗੱਡੀ ਹੈ। 18 ਗੱਡੀਆਂ ਪੈ ਗਈਆਂ, ਹੈ ਨਾ 18 ਪੈ ਗਈਆਂ, 18 ਪੈ ਗਈਆਂ ਗੱਡੀਆਂ, 18 ਗੱਡੀ ਪੈ ਗਈਆਂ ਹੁਣ। ਹਾਂਜੀ ਠੇਕੇਦਾਰ ਸਾਹਿਬ ਕਿਵੇਂ ਆ, ਸੈੱਟ ਆ ਕੰਮ ਆਪਣਾ? ਧੰਨਵਾਦ ਜੀ ਤੁਹਾਡਾ ਬਹੁਤ ਬਹੁਤ, ਜਿਹਨਾਂ ਨੇ ਸਾਨੂੰ ਸੈੱਟ ਬਣਾ ਕੇ ਦਿੱਤਾ, ਬਹੁਤ ਵਧੀਆ। ਬੜਾ ਬੋਲ ਗਿਆ ਤੁਹਾਡਾ, ਸਾਰਿਆਂ ਮੁਲਾਜ਼ਮਾਂ ਦਾ, ਜਿਹਨਾਂ ਨੇ ਸਾਨੂੰ ਬਹੁਤ ਵਧੀਆ ਸੈੱਟ ਬਣਾ ਕੇ ਦਿੱਤਾ, ਸ਼ਾਬਾਸ਼ ਜੀ। ਲੈ ਜਗਰਾਜ ਸਿੰਘ ਵੀ ਪਹੁੰਚ ਗਿਆ, ਪਹਿਲਾਂ ਤਾਂ ਘਰੇ ਗੜਬੜ ਜੀ ਸੀਗੀ, ਅੱਜ ਮੈਨੂੰ ਲੱਗਦਾ ਕਿਉਂ ਕਰ ਜਗਰਾਜ ਸੀਗੀ ਨਾ, ਅੱਜ ਸੀਗਾ ਕੋਈ ਚੱਕਰ ਸੀਗਾ। ਇੱਕ ਉਹ ਜਿਹੜਾ ਆਪਣਾ ਕੁੱਟ ਵਾਲਾ ਬੰਦਾ ਵੀ ਅੱਜ ਲੱਗਿਆ ਪਿਆ, ਵੀ ਬਚ ਗਿਆ ਸਾਰੀ ਦਿਹਾੜੀ, ਜੋ ਅੱਜ ਜਮਾਂ ਨਹੀਂ ਖਾਧੀ। ਕਿਉਂ ਰਾਜੂ, ਅੱਜ ਤੂੰ ਬਚ ਗਿਆ, ਅੱਜ ਤੂੰ ਬਚ ਵੀ ਗਿਆ, ਗਾਲਾ ਤੇ ਕੁੱਟ ਤੋਂ ਵੀ ਬਚ ਗਿਆ, ਹੈਨਾ ਸੈੱਟ ਆ ਕੰਮ। ਹੋਰ ਤੂੰ ਤਾਂ ਬਹੁਤ ਖੇਚਲ ਕੀਤੀ ਵੀ ਪੈ ਜਾਣ ਪੈ ਜਾਣ, ਹੈਨਾ, ਪਰ ਅਸੀਂ ਚੰਗੇ ਰਹਿ ਗਏ ਵੀ ਅਸੀਂ ਕੁੱਟ ਗਏ ਨਾ ਅੱਜ। ਬਹੁਤ ਵਧੀਆ ਪ੍ਰੋਜੈਕਟ ਆ, ਪਹਿਲਾਂ ਡਰਦੇ ਸੀਗੇ। ਹੈਂ ਲੈ ਹਾਂ, ਇਹ ਬਹੁਤ ਸ਼ਤਾਨ ਬੰਦਾ, ਇਹ ਸਾਨੂੰ ਇਹਨੇ ਸਮਝ ਨਹੀਂ ਆਉਣ ਦਿੱਤੀ, ਇਹ ਪਤਾ ਹੀ ਉਦੋਂ ਲੱਗਿਆ ਜਦੋਂ ਸਾਈ ਲੈ ਗਿਆ ਫੜ ਕੇ ਸਾਡੇ ਤੋਂ। ਹਜੇ ਸ਼ੁਰੂ, ਸਾਰੀ ਮਿਹਰਬਾਨੀ ਇਹਦੀ ਹੈ, ਸਾਰੀ ਮਿਹਰਬਾਨੀ ਇਹਦੀ, ਨਹੀਂ ਅਸੀਂ ਫਿਟ ਫਿਟ ਗਏ ਜੀ ਮੰਗਵਾਉਣੇ ਸੀਗੇ। ਹਾਂ ਓਕੇ ਜਮਾ ਗੁੱਡ, ਹਾਂ ਹਾਂਜੀ। ਗੰਗਾਧਰ ਜੀ ਖੁਸ਼? ਫਿਰ ਆਹ ਬੰਦੇ ਨੀ ਸਾਡੇ ਵਿਹਲੇ ਰਹਿੰਦੇ ਜੇ ਨਾ ਆਉਂਦਾ ਤਾਂ ਅੱਜ ਨਜ਼ਾਰੇ ਲਏ, ਨਜ਼ਾਰੇ ਇਹਨਾਂ ਨੇ ਅੱਜ ਦੋ ਟਰਾਲੀਆਂ ਤੂੜੀ ਦੀਆਂ ਬਣਾਇਆ, ਹੈ ਨਾ, ਦੋ ਚ ਸੱਤ ਟਰਾਲੀਆਂ ਪੈਗੀਆਂ, ਦੋ ਟਰਾਲੀਆਂ ਜਾਪੀਆਂ ਚ। ਠੀਕ ਹੈ ਓਕੇ ਬਾਏ, ਥੈਂਕ ਯੂ ਸਾਰੇ ਪਰਿਵਾਰ ਦਾ, ਵੇਖਣ ਵਾਲੇ ਦਾ ਵੀ ਤੇ ਆਹ ਕੰਮ ਕਰਨ ਵਾਲਿਆਂ ਦਾ ਵੀ ਆਪਣੇ ਦਾ। ਸਾਡੇ ਕੋਲ ਲੋਕਾਂ ਦੀ ਫੈਕਟਰੀ ਆ ਤੇ ਠੇਕੇ ਆ ਨਾਲ, ਹਾਂਜੀ ਭੱਠੇ ਆ, ਕੋਲ ਸਟੋਰ ਆ, ਦਾਲ ਦਾ ਢੋਲ ਖਾਈ ਲੜੂ ਆ ਜੀ, ਬੰਦੇ ਤਗੜੇ ਕਰਨਾ, ਹਾਂਜੀ ਹਾਂਜੀ ਨੋਟ ਕਰਦੀ।
ਲਓ ਜੀ ਇਹ ਆਪਣਾ ਜੀਰੇ ਪਲਾਂਟ ਵਾਲਾ ਬੇਲੀ ਸੁੱਖਾ ਸਿੰਘ ਇਹ ਆਇਆ ਜੀ ਹਜੇ ਅਸੀਂ ਨਾ ਇਹਦੇ ਨੀਹੇ ਨੀ ਭਰਨ ਲੱਗੇ ਸੀਗੇ ਤੇ ਪਤੰਦਰ ਪਤਾ ਨੀ ਕਿੱਥੋਂ ਭਾਲ ਭੁਲ ਕੇ ਸਾਡੇ ਕੋਲ ਆ ਗਿਆ ਤੇ ਪੱਕਾ ਕਰ ਗਿਆ ਸੀ ਉਹਦੇ ਹਾਂਜੀ ਬਾਕੀ ਮੇਰਾ ਨੰਬਰ ਹੈ ਭਾਜੀ 98-93-09-73-38 ਗਿੱਲੋ ਬ੍ਰਦਰ ਦਾ ਕੰਮ ਕਰਕੇ ਸਾਨੂੰ ਬਹੁਤ ਵਧੀਆ ਲੱਗਾ ਬਹੁਤ ਨਾਈਸ ਬੰਦੇ ਨੇ ਸਵੇਰ ਦਾ ਬਹੁਤ ਸੇਵਾ ਪਾਣੀ ਕੀਤਾ ਹੋਰ ਕੋਈ ਆਰਡਰ ਹੋਵੇ ਤਾਂ ਭਰਾ ਨੂੰ ਜ਼ਰੂਰ ਯਾਦ ਕਰਿਓ 98-93-73-38 ਨੰਬਰ ਹੈ ਜੀ ਆਪਣਾ 98-93-09-73-38 ਸੋਰੀ ਜੀ 98-93-09-73-38 ਹੋਰ ਪਲਾਂਟ ਵਾਲਾ ਨੰਬਰ ਮੈਂ ਬੋਲਣ ਲੱਗ ਪਿਆ ਬੋਲਣਾ ਜੀ ਬੋਲ ਗਿਆ ਸੀ ਨਾ ਇੱਕ ਨੰਬਰ ਦਾ ਮਿਸਟੇਕ ਹੋ ਜਾਂਦੀ ਫਿਰ ਗਲਤ ਹੋ ਜਾਂਦਾ ਕੰਮ ਆਪਣੇ ਪ੍ਰਧਾਨ ਸਾਹਿਬ ਇਹ ਮਹਾ ਹੀ ਆਇਆ ਅੱਜ ਸਾਰਾ ਲੰਗਰ ਦੀ ਰੋਟੀ ਹੈ ਸਾਰਾ ਨੂੰ ਦੂਰ ਗਿਆ ਮੈਂ ਤਾਂ ਕਹਿੰਦਾ ਬੇਲੀਆ ਆਇਆ ਹੀ ਹੋਣਾ ਤੂੰ ਦੋ ਬੰਦੇ ਸੀ ਅੱਛਾ ਅੱਛਾ ਕਾਨਫਰੰਸ ਵੀ ਅਟੈਂਡ ਕਰਿਆ ਅੱਛਾ ਰਾਜਵਿੰਦਰ ਜਿਹੜਾ ਆਪਣੇ ਐਮ ਪੀ ਫਰੀਦਕੋਟ ਜ਼ਿਲ੍ਹੇ 'ਚ ਐਮ ਪੀ ਨਿੱਕੇ ਹੁੰਦੇ ਅੱਛਾ ਲੋਡਰ ਲਿਆਏ ਇਹ ਲੋਡਰ ਹੁਣ ਕੀ ਕਰਨਾ ਬੰਦੇ ਨੀ ਥੱਲੇ ਲਾਉਣਗੇ ਮੈਨੂੰ ਕਾਰਵਾਈ ਕਰਨੀ ਹੋਈ ਇਹ ਲੈ ਗੁਰਦੀਪ ਸਿੰਘ ਵੀ ਪਹੁੰਚ ਜਾਂਦਾ ਡੇਟ ਲੈਂਦਾ ਕੋਈ ਕੰਮ ਚ ਲਓ ਜੀ ਆਪਣਾ ਲੈਂਟਰ ਵੀ ਖੋਲਤਾ ਮੁੰਡਿਆਂ ਨੇ ਸਾਨੂੰ ਇਹ ਸੀ ਵੀ ਇਹ ਖੋਲ ਦੇਣਗੇ ਖੋਲ ਦੇਣਗੇ ਪਰ ਅਖੀਰ ਤੇ ਆ ਕੇ ਸਾਨੂੰ ਆਪ ਨੂੰ ਖੋਲਣਾ ਪਿਆ ਕੋਈ ਸਾਹਿਬ ਬੈਠੇਗਾ ਲੈਂਟਰ ਲੈਂਟਰ ਦਿਖਦਾ ਮੇਰੇ ਵੀਰ ਲੱਗੇ ਹੋਏ ਆ ਤਗੜੇ ਹੋ ਕੇ ਲੱਗੇ ਦੇਖੋ ਪੂਰੀ ਸਫਾਈ ਹੈ ਸਾਰਾ ਜ਼ੋਰ ਲੱਗ ਗਿਆ ਹਜੇ ਸਫਾਈ ਨਾ ਹੋਊਗੀ ਇਹ ਨਾ ਜੀ ਆਪਣੇ ਬੰਦੇ ਜਿਹੜੇ ਲਾਉਣ ਵਾਲੇ ਆ ਨਾ ਹੀਰਾ ਸਿੰਘ ਛਟਰੰਗ ਫਰੀਦਕੋਟ ਹੈ ਨਾ ਫਰੀਦਕੋਟ ਹੀ ਹੈ ਨਾ ਹੀਰਾ ਸਿੰਘ ਹੈ ਨਾ ਇਹਨਾਂ ਨੇ ਲਾਉਣ ਲੱਗਿਆ ਨੇ 45 ਦਿਨ ਲਾਏ ਹੈ ਨਾ ਅਤੇ ਲਾਉਣ ਲੱਗਿਆ ਨੇ ਕਹਿੰਦਾ ਅਸੀਂ 5-4 ਦਿਨਾਂ 'ਚ ਲਾ ਪਹਿਲਾਂ 45 ਦਿਨ ਲਾਏ ਕਹਿੰਦਾ 25 ਦਿਨਾਂ 'ਚ ਕਰ ਦਿਆਂਗੇ 25 ਦਿਨਾਂ 'ਚ ਨਹੀਂ ਹੋਇਆ ਫਿਰ ਇਹਨਾਂ ਨੇ 45-47 ਦਿਨ ਛਟਰੰਗ ਕਰਨ 'ਤੇ ਲਾਏ ਹੈ ਨਾ ਅਤੇ ਅਸੀਂ ਆਖਿਆ ਟਰੈਕਟਰ ਧੁੱਪੇ ਮੱਚੀ ਜਾਂਦੇ ਆ ਵੀ ਛਾਵੇਂ ਲਾ ਦਈਏ ਸਾਨੂੰ ਨਾ ਅੱਧਾ ਸ਼ਟਰ ਵਿਹਲਾ ਕਰਦੇ ਪਰ ਨਹੀਂ ਇਹ ਤੈਨੂੰ ਪਤਾ ਵੀ ਕਿੱਥੇ ਮੰਨਦੇ ਇਹ ਅੱਜ ਆਹ ਧੱਕੇ ਚੜ੍ਹ ਗਿਆ ਬਿੱਲੀ ਆਪਣੇ ਬੱਚਿਆਂ ਦੇ ਅੱਜ ਆਪਣੇ ਬੱਚਿਆਂ ਦੇ ਧੱਕੇ ਚੜ੍ਹ ਗਿਆ ਇਹਨਾਂ ਨੇ ਫਿਰ ਸਾਰਾ ਸਮਾਨ ਨਾ ਜਿਵੇਂ ਆਪਣੇ ਆਹ ਟਰਾਲੇ 'ਤੇ ਰੱਖਤਾ ਹੈ ਨਾ ਇਹ ਟਰਾਲੇ 'ਤੇ ਰੱਖਤਾ ਅਤੇ ਇੱਟਾਂ ਉੱਟਾਂ ਇੱਕ ਇੱਟਾਂ ਦੀ ਟਰਾਲੀ ਉਹ ਭਰਤੀ ਵਿੱਚੋਂ ਇਹਦੇ ਅਤੇ ਆਹ ਭਰਤੀ ਹੈ ਲੱਗੇ ਪਏ ਆ ਵਿਚਾਰੇ ਜ਼ੋਰਾਂ ਸ਼ੋਰਾਂ 'ਤੇ ਵੀ ਅੱਜ ਇੱਥੋਂ ਪਾਸੇ ਕਰਕੇ ਆ ਕਿਰਾਏ ਨਾਲ ਮਿੱਟੀ ਮੁੱਟੀ ਕੱਢ ਕੇ ਬਾਹਰ ਅਤੇ
ਅੱਜ ਆਪਾਂ ਇੱਥੇ ਸੰਦ ਕੱਲ ਨੂੰ ਲਾ ਦੇਣੇ ਭਲਾ ਕੁਛ ਗੁੱਸੇ 'ਚ ਲੱਗੇ ਹੋਏ ਆ। ਜਗਰਾਜ ਸਿੰਘ ਦਾ ਲੜਕਾ ਫਸ ਗਿਆ ਆ, ਇਹਨੂੰ ਤਾਂ ਜਾਣਦੇ ਤੁਸੀਂ ਸਾਰੇ ਜਾਣਦੇ ਤਕਰੀਬਨ, ਹੈ ਨਾ, ਅਤੇ ਇਹਦੇ ਕੋਲ ਸਾਹਿਬ ਲਿਖੇ ਗੰਗਾਧਰ ਇੱਕ ਆਹ ਵੇਖੋ ਨਿੱਕਾ ਸਰ ਨੂੰ, ਉਹ ਵੀ ਵਿਚਾਰਾ ਅੱਜ ਕੀ ਲਈ ਇਹਨਾਂ ਤੂੰ ਸਫਾਈ ਕਰਦਾ, ਚੱਲ ਚੱਲ ਛਾਵਾ ਸਿੱਟਿਆ ਸਾਰਾ ਸਮਾਨ ਅੱਜ ਬਾਹਰ ਕੱਢ ਕੇ ਗੁੱਸੇ 'ਚ ਆ ਮੁੰਡੇ। ਆ ਆਪਣਾ ਗੁੱਸਾ ਕਰੀ ਜਾਂਦਾ ਸੀ ਬਹੁਤ ਦਿਨ ਹੋ ਗਏ, ਪਨੀਰੀ ਨਾ ਬੀਜੇ ਬੇਲੀ, ਕਹਿੰਦਾ ਮੈਂ ਤਾਂ ਟਰੈਕਟਰ ਅੰਦਰ ਲਾਉਣੇ ਆ, ਸਵੇਰੇ ਲਾਊਗਾ ਹੁਣ ਸਵੇਰੇ, ਕਹਿੰਦਾ ਹੋਰ ਕੋਈ ਕੰਮ ਨਹੀਂ ਕਰਨਾ। ਠੀਕ ਆ ਹੁਣ ਖੁਸ਼ ਆ ਹੈ ਵੇ ਆਪਣੇ ਅੱਜ ਵੱਗ ਵੱਗ ਆ, ਸ਼ੁਕਰ ਆ ਹੁਣ ਨਜ਼ਾਰੇ ਲਏਗਾ ਅੱਜ। ਕਹਿੰਦਾ ਮੈਂ ਸੰਗਲ ਲੈ ਆਉਣਾ ਐਡਾ ਮੋਟਾ, ਤੇ ਕਹਿੰਦਾ ਸਾਰੇ ਮੂਹਰੇ ਲਾ ਚਲਾਉਣ ਵਾਸਤੇ ਲਏ, ਮੈਂ ਡੱਲਾਂ ਵਾਸਤੇ ਲਏ, ਪਨੀਰੀ ਵੇਚਦੇ ਵੇਖੋ ਪਨੀਰੀ, ਆ ਬਾਹਰ ਵੇਖੋ ਆਵੇ ਸ਼ਟਰ ਇੱਕ ਦੋ ਪਰਲੇ ਪਾਸੇ ਓਹਲੇ ਖੜੇ ਆ, ਇੱਧਰ ਵੀ ਖੜੇ ਓਹਲੇ, ਹੈਨਾ ਬਾਹਰ ਆਏ ਠੰਡ ਛੱਡਦੇ ਦਰਖਤਾਂ ਥੱਲੇ ਵਿਚਾਰੇ, ਕੀ ਕਰਨ ਤਾਂ ਬਹੁਤ ਆ, ਨਾਲ ਨਾਲ ਦਰਖਤ ਲੱਗੇ ਆ ਵਧੀਆ ਛਾਂ। ਹਾਂਜੀ ਲਓ ਜੀ ਇਹ ਹੋ ਗਿਆ ਕੰਪਲੀਟ, ਅਤੇ ਹਾਂਜੀ ਕੀ ਕਰਦੇ ਆ ਪਾਰਟੀ ਕੀਤੀ ਆ ਅਰਮਨ, ਪਾਰਟੀ ਕੀਤੀ ਆ, ਵੈਰੀ ਗੁੱਡ ਵੈਰੀ ਗੁੱਡ, ਅੱਜ ਪਾਰਟੀ ਵਾਲੇ ਵੀ ਥੋੜ੍ਹੇ ਰਹਿ ਗਏ ਬੰਦੇ ਨਾ, ਬਾਕੀ ਰਾਜੂ ਵੀ ਚਲਾ ਗਿਆ, ਦੋ ਹੀ ਰਹਿ ਗਏ ਹੈਨਾ ਬਾਕੀ ਤਾਂ। ਲਓ ਜੀ ਦਿਖਾਉਂਦੇ ਹਾਂ ਫਿਰ ਤੁਹਾਨੂੰ ਅੱਗੇ ਹੁੰਦਾ ਕੀ ਆ, ਅਗਲੇ ਸਾਲ ਵਿਖਾਵਾਂਗੇ ਉੱਤੇ ਪਾਵਾਂਗੇ ਕੁਛ ਨਾ ਕੁਛ ਸਮਾਨ। ਹਾਂਜੀ ਆਹ ਤੁਹਾਨੂੰ ਵਿਖਾਉਂਦੇ ਹਾਂ ਜੀ ਆਪਣੇ, ਵੈਸੇ ਟਰਾਲੇ ਤਾਂ ਸਾਰੇ ਬਾਹਰ ਹੀ ਰਹਿ ਜਾਣੇ, ਮੁੰਡਾ ਤਾਂ ਨਹੀਂ ਅੰਦਰ ਲੱਗਣੇ, ਅਤੇ ਬਾਕੀ ਟਰੈਕਟਰ ਬਾਕੀ ਸਾਰੇ ਸੰਦ ਜੋ ਹੈਗੇ ਆ ਉਹ ਲੱਗ ਜਾਣਗੇ ਅੰਦਰ, ਪੂਰੇ ਆ ਜਾਣਗੇ ਹਿਸਾਬ ਨਾਲ, ਮੈਂ ਦਿਖਾਉਂਦਾ ਅੱਗੇ ਜਾ ਕੇ ਤੁਹਾਨੂੰ ਵਿਖਾਉਂਦੇ ਹਾਂ ਕਿਵੇਂ ਕਿਵੇਂ ਲਾਏ ਆ ਸਾਰੇ, ਅਮਨਪ੍ਰੀਤ ਨੇ ਲਾਏ ਆ, ਉਹਨੂੰ ਤਾਂ ਕੱਲ੍ਹ ਤਾਂ ਸਾਨੂੰ ਟਿਕਟ ਨਹੀਂ ਦਿੱਤਾ, ਕਹਿੰਦਾ ਨਹੀਂ ਮੇਰਾ ਵਿਹਲਾ ਰੱਖ ਦਿਉ ਮੈਂ ਸੰਦ ਅੰਦਰ ਲੈਣੀ ਆ, ਆਹ ਮੁੰਡੀ ਜਾਣੀ ਪਈ ਪਨੀਰੀ ਵਾਸਤੇ, ਅਤੇ ਆਹ ਵੇਖੋ ਆ ਗਏ ਆਹ ਦੋ ਟਰਾਲੀਆਂ ਟਰੈਕਟਰ, ਤੂੜੀ ਵਾਲੀ ਵੀ ਲੱਗ ਗਈ ਅੰਦਰ, ਕਟਰ ਲੱਗ ਗਿਆ ਆ, ਇੱਥੇ ਪਲਾਂਟਰ ਪਲਾਂਟਰ ਲੱਗ ਗਿਆ, ਰੇਕਾਂ ਲੱਗ ਗਈਆਂ, ਠੀਕ ਹੈ ਜੀ ਪਲਾਂਟਰ ਰੇਕਾਂ ਸਾਰੀਆਂ ਰੇਕਾਂ ਲੱਗ ਗਈਆਂ ਇੱਥੇ, ਅਤੇ ਬਾਕੀ ਅੱਧਾ ਅੱਧਾ ਕੰਪਲੀਟ ਹੋ ਗਿਆ, ਅੱਧਾ ਬਾਕੀ ਹਜੇ ਰਹਿੰਦਾ ਸ਼ਟਰ ਖੋਲ੍ਹਣ ਵਾਲੀ, ਅਤੇ ਜਿਵੇਂ ਜਿਵੇਂ ਉਹਨਾਂ ਦਾ ਗਾਹ ਲੱਗਦਾ ਉਵੇਂ ਉਵੇਂ ਲਾਹ ਕੇ ਲਈ ਜਾਂਦੇ ਆ।
ਤੇ ਤਕਰੀਬਨ ਮੰਦਰਾਂ ਤਾਂ ਆ ਜਾਣੇ ਪੂਰੇ ਸੰਦ ਆਪਣੇ ਇੱਥੇ। ਹਾਂ ਵੀ ਰਾਜੂ ਕਿੱਧਰ ਚੱਲੇ ਆ? ਖਾਲਾ ਬਣਾਉਣ ਚੱਲੇ। ਹਾਂ ਠੀਕ ਹੈ। ਲਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਰਾਂ ਦਾ, ਜਿੰਨੇ ਵੀ ਵੀਰਾਂ ਨੇ ਕੰਮ ਕੀਤਾ ਇੱਥੇ। ਅੱਜ ਜਗਰਾਜ ਸਿੰਘ ਦਾ ਲੜਕਾ ਆ ਗਿਆ, ਇਹ ਵੀ ਨਾਲ ਇੱਥੇ ਭਰਤੀ ਹੁੰਦਾ ਜਾਂਦਾ ਹੌਲੀ ਹੌਲੀ। ਹਾਂਜੀ ਆਹ ਲਾਤੀ ਪੌੜੀ ਤਾਂ ਚੜ੍ਹਨ ਵਾਸਤੇ, ਉਹ ਵਿਚਾਲੋਂ ਢਾਲ ਬਣਾਵਾਂਗੇ, ਫਿਰ ਪੌੜੀ ਜਿੱਥੇ ਸੈਟਿੰਗ ਆਈ ਉੱਥੇ ਕਰਾਂਗੇ। ਵਿੱਚ ਦੀ ਥਾਂ ਬਾਹਲਾ ਰੋਦੇ ਆ, ਕਮਰਾ ਹੀ ਖਰਾਬ ਕਰ ਦੇਣਾ ਸੀ ਨੇ 10-15 ਫੁੱਟ, ਕਿਉਂਕਿ ਢਾਲ ਉੱਚਾ ਜ਼ਿਆਦਾ ਆ ਅਤੇ ਜ਼ਿਆਦਾ ਲੰਬਾਈ ਬਣਨੀ ਸੀ, ਫਿਰ ਵਿੱਚੋਂ ਬਹੁਤ ਜਗ੍ਹਾ ਖਰਾਬ ਹੋ ਜਾਣੀ ਸੀ। ਚਲੋ ਮਿਹਰਬਾਨੀ ਜੀ ਸਾਰੇ ਆਪਣੇ ਜੋ ਵੀ ਪਰਿਵਾਰ ਵਹਿੰਦਾ ਹੈ ਨਾ, ਲਾਈਕ ਵੀ ਕਰਨਾ, ਹੋ ਸਕੇ ਤਾਂ ਸ਼ੇਅਰ ਵੀ ਕਰਨਾ ਜੀ। ਸਾਰਿਆਂ ਦਾ ਧੰਨਵਾਦ ਜੀ। ਆ ਗਿਆ ਆਪਣਾ ਵਲੋਗਰ, ਅਤੇ ਇਹ ਹੁਣ ਥੋੜ੍ਹਾ ਸਾਈਡ 'ਤੇ ਸੀ, ਉਹਦੇ ਜਿੱਦੇ ਬਣਾਉਂਦੇ ਸੀ ਲੈਂਟਰ ਪਾਉਂਦੇ ਸੀ, ਉਹਦੇ ਮੱਕੀ ਬੀਜਣ ਗਿਆ ਸੀ, ਅਤੇ ਅੱਜ ਫਿਰ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਦਿਖਾਤੇ ਜੀ ਸਾਰੇ ਆਪਣੇ ਸੰਦ ਵਗੈਰਾ, ਵਿਖਾਤੇ ਸਾਰੇ ਕੋਲ, ਅੰਦਰ ਲੱਗ ਗਿਆ, ਅਤੇ ਬਾਕੀ ਹੁਣ ਜਿਹੜਾ ਇੱਕ ਪਾਰਟ ਰਹਿ ਗਿਆ ਆਪਾਂ ਉਹ ਵਿਹਲਾ ਕਰਕੇ ਜਿਹੜੇ ਰਹਿ ਗਏ ਉਹ ਵੀ ਅੰਦਰ ਲਾ ਦਾਂਗੇ, ਅਤੇ ਇਦੂ ਬਾਅਦ 'ਚੋਂ ਬਾਅਦ ਦਿਖਾਉਣੇ ਤੁਹਾਨੂੰ ਅਗਲੇ ਵਲੋਗ 'ਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਓਕੇ, ਲਾਈਕ ਐਂਡ ਸ਼ੇਅਰ ਕਮੈਂਟ।